चलो कहीं ना चलो कहीं कहीं नहीं आ कर आ कहीं नहीं ਇਹ ਵੀਡੀਓ ਬੇਹੱਦ ਭਾਵੁਕ ਕਰਨ ਵਾਲੀ ਹੈ। ਇਸ ਦੇ ਵਿੱਚ ਇੱਕ ਪਿਤਾ ਤੇ ਪੁੱਤਰ ਕਰੀਬ 19 ਸਾਲਾਂ ਬਾਅਦ ਮਿਲੇ ਨੇ। ਦਰਅਸਲ ਸੁਖਪਾਲ ਸਿੰਘ ਦਾ ਪੁੱਤਰ 19 ਸਾਲ ਬਾਅਦ ਜਾਪਾਨ ਤੋਂ ਉਹਨਾਂ ਨੂੰ ਲੱਭਦਾ ਲਭਾਉਂਦਾ ਪੰਜਾਬ ਦੇ ਅੰਮ੍ਰਿਤਸਰ ਪਹੁੰਚਿਆ ਤੇ ਦੋਹੇ ਜਦੋਂ ਮਿਲੇ ਤਾਂ ਆਪਸ ਦੇ ਵਿੱਚ ਗੱਲ ਲਾ ਕੇ ਰੋ ਪਏ। ਦਰਅਸਲ ਸੁਖਪਾਲ ਸਿੰਘ ਜਾਪਾਨ ਗਿਆ ਸੀ ਜਿੱਥੇ 2002 ਦੇ ਵਿੱਚ ਉਸਦਾ ਵਿਆਹ ਹੋਇਆ ਸੀ ਤੇ 2003 ਦੇ ਵਿੱਚ ਇਹ ਪੁੱਤਰ ਪੈਦਾ ਹੋਇਆ, ਪਰ ਪਤੀ ਪਤਨੀ ਦਾ ਆਪਸ ਦੇ ਵਿੱਚ ਕਿਸੇ ਕਾਰਨ ਕਰਕੇ ਤਲਾਕ ਹੋ ਗਿਆ ਤੇ 2007 ਦੇ ਵਿੱਚ ਸੁਖਪਾਲ ਸਿੰਘ ਵਾਪਸ ਪੰਜਾਬ ਆ ਗਿਆ ਸੀ। ਪਰ ਉਸਦਾ ਪੁੱਤਰ ਜਦੋਂ ਵੱਡਾ ਹੋਇਆ ਉਸ ਨੂੰ ਪਤਾ ਲੱਗਿਆ ਕਿ ਉਸਦਾ ਪਿਤਾ ਕਿੱਥੇ ਹੈ ਤਾਂ ਉਸਨੇ ਕਾਫੀ ਭਾਲਿਆ, ਸਰਚ ਕੀਤੀ, ਆਪਣੀ ਮਾਂ ਨੂੰ ਪੁੱਛਿਆ ਤਾਂ ਕਿਤੇ ਜਾ ਕੇ ਉਹ ਲੱਭਦਾ ਲਭਾਉਂਦਾ ਹੁਣ 19 ਸਾਲ ਬਾਅਦ ਅੰਮ੍ਰਿਤਸਰ ਪਹੁੰਚਿਆ ਜਿੱਥੇ ਉਸਨੇ ਆਪਣੇ ਪਿਤਾ ਨਾਲ ਮੁਲਾਕਾਤ ਕੀਤੀ ਹੈ ਅਤੇ ਬਾਕੀ ਪਰਿਵਾਰ ਨੂੰ ਵੀ ਮਿਲਿਆ। ਸੁਖਪਾਲ ਸਿੰਘ ਦੇ ਮੁਤਾਬਕ ਥਾਈਲੈਂਡ ਦੇ ਵਿੱਚ ਇੱਕ ਲੜਕੀ ਉਹਨਾਂ ਨੂੰ ਮਿਲੀ ਜੋ ਜੈਪਨੀਜ਼ ਸੀ, ਜਿਸ ਤੋਂ ਬਾਅਦ ਦੋਹਾਂ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਤੇ ਸੁਖਪਾਲ ਸਿੰਘ ਨੇ ਕਿਹਾ ਕਿ ਉਹ ਉਸਨੂੰ ਬਾਘਾ ਬਾਰਡਰ ਅਤੇ ਤਾਜ ਮਹਿਲ ਘੁਮਾ ਸਕਦਾ, ਜਿਸ ਤੋਂ ਬਾਅਦ ਉਹ ਜੈਪਨੀਜ਼ ਲੜਕੀ ਸੁਖਪਾਲ ਸਿੰਘ ਨਾਲ ਭਾਰਤ ਘੁੰਮੀ ਤੇ ਜਾਪਾਨ ਪਹੁੰਚ ਕੇ ਉਸਨੇ ਸੁਖਪਾਲ ਸਿੰਘ ਨੂੰ ਆਪਣੇ ਕੋਲ ਸੱਦ ਲਿਆ ਤੇ ਦੋਹਾਂ ਦਾ ਵਿਆਹ ਹੋ ਗਿਆ। 2002 ਦੇ ਵਿੱਚ ਦੋਹਾਂ ਦਾ ਵਿਆਹ ਹੋਇਆ ਤੇ 2003 ਦੇ ਵਿੱਚ ਇਹ ਬੱਚਾ ਪੈਦਾ ਹੋਇਆ ਸੀ, ਪਰ ਦੋਹਾਂ ਦੇ ਵਿੱਚ ਜ਼ਿਆਦਾ ਦੇਰ ਨਾ ਨਿਭ ਸਕੀ ਤੇ ਤਲਾਕ ਹੋ ਗਿਆ, ਜਿਸ ਤੋਂ ਬਾਅਦ ਸੁਖਪਾਲ ਸਿੰਘ ਵਾਪਸ ਪੰਜਾਬ ਆ ਗਿਆ ਅਤੇ ਇਹ ਬੱਚਾ ਜਦੋਂ ਵੱਡਾ ਹੋਇਆ ਤਾਂ ਇਸ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਉਸਦੇ ਪਿਤਾ ਕੌਣ ਨੇ, ਕਿੱਥੇ ਰਹਿੰਦੇ ਨੇ, ਤਾਂ ਇਸ ਨੇ ਸਰਚ ਕੀਤੀ ਪਹਿਲਾਂ ਜਾਪਾਨ ਦੇ ਵਿੱਚ ਉਸ ਟਿਕਾਣੇ 'ਤੇ ਪਹੁੰਚਿਆ ਜਿੱਥੇ ਪਿਤਾ ਸੁਖਪਾਲ ਸਿੰਘ ਰਿਹਾ ਕਰਦੇ ਸਨ, ਜਿਸ ਤੋਂ ਬਾਅਦ ਉੱਥੇ ਤੋਂ ਅੰਮ੍ਰਿਤਸਰ ਦਾ ਐਡਰੈਸ ਮਿਲਿਆ ਅਤੇ ਇਹ ਸਿੱਧਾ ਜਾਪਾਨ ਤੋਂ ਅੰਮ੍ਰਿਤਸਰ ਪਹੁੰਚ ਗਿਆ। 19 ਸਾਲ ਬਾਅਦ ਇੱਕ ਪੁੱਤ ਆਪਣੇ ਪਿਤਾ ਨੂੰ ਮਿਲਿਆ ਏ। ਚਲੋ ਕੋਈ ਨਾ ਚਲੋ ਕੋਈ ਕੋਈ ਨੀ ਆ ਗੱਲ ਕਰ ਆਹੋ ਕੋਈ ਨੀ ਇਹ ਵੀਡੀਓ ਬੇਹੱਦ ਭਾਵੁਕ ਕਰਨ ਵਾਲੀ ਹੈ। ਇਸ ਦੇ ਵਿੱਚ ਇੱਕ ਪਿਤਾ ਤੇ ਪੁੱਤਰ ਕਰੀਬ 19 ਸਾਲਾਂ ਬਾਅਦ ਮਿਲੇ ਨੇ। ਦਰਅਸਲ ਸੁਖਪਾਲ ਸਿੰਘ ਦਾ ਪੁੱਤਰ 19 ਸਾਲ ਬਾਅਦ ਜਾਪਾਨ ਤੋਂ ਉਹਨਾਂ ਨੂੰ ਲੱਭਦਾ ਲਭਾਉਂਦਾ ਪੰਜਾਬ ਦੇ ਅੰਮ੍ਰਿਤਸਰ ਪਹੁੰਚਿਆ ਤੇ ਦੋਹੇ ਜਦੋਂ ਮਿਲੇ ਤਾਂ ਆਪਸ ਦੇ ਵਿੱਚ ਗੱਲ ਲਾ ਕੇ ਰੋ ਪਏ।
ਦਰਅਸਲ ਸੁਖਪਾਲ ਸਿੰਘ ਜਾਪਾਨ ਗਿਆ ਸੀ ਜਿੱਥੇ 2002 ਦੇ ਵਿੱਚ ਉਸਦਾ ਵਿਆਹ ਹੋਇਆ ਸੀ ਤੇ 2003 ਦੇ ਵਿੱਚ ਇਹ ਪੁੱਤਰ ਪੈਦਾ ਹੋਇਆ ਪਰ ਪਤੀ ਪਤਨੀ ਦਾ ਆਪਸ ਦੇ ਵਿੱਚ ਕਿਸੇ ਕਾਰਨ ਕਰਕੇ ਤਲਾਕ ਹੋ ਗਿਆ ਤੇ 2007 ਦੇ ਵਿੱਚ ਸੁਖਪਾਲ ਸਿੰਘ ਵਾਪਸ ਪੰਜਾਬ ਆ ਗਿਆ ਸੀ ਪਰ ਉਸਦਾ ਪੁੱਤਰ ਜਦੋਂ ਵੱਡਾ ਹੋਇਆ ਉਸਨੂੰ ਪਤਾ ਲੱਗਿਆ ਕਿ ਉਸਦਾ ਪਿਤਾ ਕਿੱਥੇ ਹੈ ਤਾਂ ਉਸਨੇ ਕਾਫੀ ਭਾਲਿਆ ਸਰਚ ਕੀਤੀ ਆਪਣੀ ਮਾਂ ਨੂੰ ਪੁੱਛਿਆ ਤਾਂ ਕਿਤੇ ਜਾ ਕੇ ਉਹ ਲੱਭਦਾ ਲਭਾਉਂਦਾ ਹੁਣ 19 ਸਾਲ ਬਾਅਦ ਅੰਮ੍ਰਿਤਸਰ ਪਹੁੰਚਿਆ ਜਿੱਥੇ ਉਸਨੇ ਆਪਣੇ ਪਿਤਾ ਨਾਲ ਮੁਲਾਕਾਤ ਕੀਤੀ ਹੈ ਅਤੇ ਬਾਕੀ ਪਰਿਵਾਰ ਨੂੰ ਵੀ ਮਿਲਿਆ ਸੁਖਪਾਲ ਸਿੰਘ ਦੇ ਮੁਤਾਬਕ ਥਾਈਲੈਂਡ ਦੇ ਵਿੱਚ ਇੱਕ ਲੜਕੀ ਉਹਨਾਂ ਨੂੰ ਮਿਲੀ ਜੋ ਜੈਪਨੀਜ਼ ਸੀ ਜਿਸ ਤੋਂ ਬਾਅਦ ਦੋਹਾਂ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਤੇ ਸੁਖਪਾਲ ਸਿੰਘ ਨੇ ਕਿਹਾ ਕਿ ਉਹ ਉਸਨੂੰ ਬਾਘਾ ਬਾਰਡਰ ਅਤੇ ਤਾਜ ਮਹਿਲ ਘੁਮਾ ਸਕਦਾ ਜਿਸ ਤੋਂ ਬਾਅਦ ਉਹ ਜੈਪਨੀਜ਼ ਲੜਕੀ ਸੁਖਪਾਲ ਸਿੰਘ ਨਾਲ ਭਾਰਤ ਘੁੰਮੀ ਤੇ ਜਾਪਾਨ ਪਹੁੰਚ ਕੇ ਉਸਨੇ ਸੁਖਪਾਲ ਸਿੰਘ ਨੂੰ ਆਪਣੇ ਕੋਲ ਸੱਦ ਲਿਆ ਤੇ ਦੋਹਾਂ ਦਾ ਵਿਆਹ ਹੋ ਗਿਆ 2002 ਦੇ ਵਿੱਚ ਦੋਹਾਂ ਦਾ ਵਿਆਹ ਹੋਇਆ ਤੇ 2003 ਦੇ ਵਿੱਚ ਇਹ ਬੱਚਾ ਪੈਦਾ ਹੋਇਆ ਸੀ ਪਰ ਦੋਹਾਂ ਦੇ ਵਿੱਚ ਜ਼ਿਆਦਾ ਦੇਰ ਨਾ ਨਿਭ ਸਕੀ ਤੇ ਤਲਾਕ ਹੋ ਗਿਆ ਜਿਸ ਤੋਂ ਬਾਅਦ ਸੁਖਪਾਲ ਸਿੰਘ ਵਾਪਸ ਪੰਜਾਬ ਆ ਗਿਆ ਅਤੇ ਇਹ ਬੱਚਾ ਜਦੋਂ ਵੱਡਾ ਹੋਇਆ ਤਾਂ ਇਸ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਉਸਦੇ ਪਿਤਾ ਕੌਣ ਨੇ ਕਿੱਥੇ ਰਹਿੰਦੇ ਨੇ ਤਾਂ ਇਸ ਨੇ ਸਰਚ ਕੀਤੀ ਪਹਿਲਾਂ ਜਾਪਾਨ ਦੇ ਵਿੱਚ ਉਸ ਟਿਕਾਣੇ 'ਤੇ ਪਹੁੰਚਿਆ ਜਿੱਥੇ ਪਿਤਾ ਸੁਖਪਾਲ ਸਿੰਘ ਰਿਹਾ ਕਰਦੇ ਸਨ ਜਿਸ ਤੋਂ ਬਾਅਦ ਉੱਥੇ ਤੋਂ ਅੰਮ੍ਰਿਤਸਰ ਦਾ ਐਡਰੈਸ ਮਿਲਿਆ ਅਤੇ ਇਹ ਸਿੱਧਾ ਜਾਪਾਨ ਤੋਂ ਅੰਮ੍ਰਿਤਸਰ ਪਹੁੰਚ ਗਿਆ 19 ਸਾਲ ਬਾਅਦ ਇੱਕ ਪੁੱਤ ਆਪਣੇ ਪਿਤਾ ਨੂੰ ਮਿਲਿਆ ਏ